ਗਿਆਨ ਗੱਲਾਂ ਦੇ ਨਾਲ ਨਹੀਂ ਮਿਲਦਾ, ਕਮਾਈਆਂ ਦੇ ਗਿਆਨ ਗੱਲਾਂ ਦੇ ਨਾਲ ਨਹੀਂ ਮਿਲਦਾ, ਕਮਾਈਆਂ ਦੇ ਜੇ ਕੋਈ ਦੜਾ ਵੀ ਜਾਵੇ ਨਾ ਸੰਗਤ ਦੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਹੁੰਦੀ ਹਿਰਦਿਆਂ ਨੂੰ। ਸੰਗਤਾਂ ਰੱਬ ਰੂਪ ਨੇ, ਇਹ ਬੰਦਗੀ ਕਰਨ ਵਾਲੇ ਨੂੰ ਲੱਭਦੇ ਫਿਰਦੇ ਨੇ, ਕੋਈ ਜਗਿਆਸਾ ਹੈ ਮਨ ਦੇ ਅੰਦਰ। ਮਹਾਂਪੁਰਸ਼ ਸੰਤ ਬਾਬਾ ਮਹਾਂ ਹਰਨਾਮ ਸਿੰਘ ਜੀ ਮਹਾਰਾਜ ਪੁੱਛੋਂ ਬਾਣੀ ਆਪਦੇ ਸੇਵਕਾਂ ਨੂੰ ਅੱਠਵੇਂ ਦਿਨ ਪੁੱਛਦੇ ਨੇ, ਹਰ ਅੱਠਵੇਂ ਦਿਨ, ਪ੍ਰੇਮੀਆਂ ਤੂੰ ਇੱਥੇ ਬਈ ਘਰ ਛੱਡਿਆ, ਸਾਡੇ ਕੋਲ ਰਹਿੰਦੇ, ਦੱਸ ਤੇਰੀ ਕੀ ਇੱਛਾ ਹੈ, ਤੂੰ ਕਾਹਦੇ ਵਾਸਤੇ ਘਰ ਛੱਡਿਆ? ਕਿਤੇ ਇਹ ਤਾਂ ਨਹੀਂ ਗੱਲ ਵੀ ਰੋਟੀਆਂ ਕਾਰਨ ਪੂਰੇ ਤਾਲ, ਬਾਬਿਆਂ ਕੋਲ ਪਦਾਰਥ ਵਧੀਆ ਮਿਲਦੇ ਨੇ ਘਰ ਨਾਲੋਂ? ਮਹਾਰਾਜ ਮਸਤੂਆਣਾ ਸਾਹਿਬ ਬਸ ਐਂ ਕਹਿੰਦੇ, ਹੁਣ ਡੇਲਿਆਂ ਦੇ ਚਾਰਨ ਵਾਲੀ ਭੋਜਨ ਦੇ ਦਿਉ, ਖੀਰ ਬੰਦ ਕਰ ਦਿਉ, ਪ੍ਰਸ਼ਾਦ ਬੰਦ ਕਰ ਦਿਉ, ਸਭ ਕੁਛ ਭੱਜ ਗਏ, ਦੁਨੀਆਂ ਨੱਠ ਗਈ। ਇਹ ਜਗਿਆਸਾ ਜਿਹਦੇ ਮਨ ਦੇ ਅੰਦਰ ਕੁਦਰਤੀ ਅੱਜ ਵੀ ਅਸੀਂ ਅਧਿਕਾਰੀ ਕਿੱਡੇ ਕੁ ਆਪਣੇ ਆਪ ਦੇ ਅੰਦਰ, ਮੈਂ ਵੀ ਆਪਦੇ ਅੰਦਰ ਝਾਤੀ ਮਾਰਦਾ, ਕੀ ਜਗਿਆਸਾ ਹੈ ਮਨ ਦੀ, ਮਨ ਦੇ ਅੰਦਰ ਕੀ ਇੱਛਾ ਹੈ? ਤੋ ਐਸੇ ਸੰਤ ਮਹਾਰਾਜ ਪੁੱਛੋ ਵਾਲੇ ਅੱਠਵੇਂ ਦਿਨ, ਹਰ ਅੱਠਵੇਂ ਦਿਨ ਆਪਦੇ ਸੇਵਕਾਂ ਨੂੰ ਬਾਬਾ ਆਨੰਦ ਸਿੰਘ ਜੀ ਮਹਾਰਾਜ ਨੇ ਕਹਿਣਾ, ਜੇ ਸਾਧੂ ਨਾਮ ਜਪਣ ਦਾ ਉਪਦੇਸ਼ ਨਹੀਂ ਕਰਦਾ ਫਿਰ ਸਾਧੂ ਦੋਸ਼ੀ ਹੈ। ਉਹਨੇ ਕਿਉਂ ਨਹੀਂ ਨਾਮ ਜਪਣ ਦਾ ਉਪਦੇਸ਼ ਕੀਤਾ? ਨਾਲਦਿਆਂ ਨੂੰ, ਸੰਗਤਾਂ ਨੂੰ, ਆਉਣ ਜਾਣ ਵਾਲਿਆਂ ਨੂੰ ਕਿਉਂ ਨਹੀਂ ਨਿਤਨੇਮ ਪੁੱਛਿਆ
ਕਿਉਂ ਨਹੀਂ ਕਰਨ ਲਾਇਆ? ਕਹਿੰਦੇ ਸਾਧੂ ਦੋਸ਼ੀ ਹੈ। ਜੇ ਪੁੱਛ ਕੇ ਜਗਿਆਸੂ ਨਹੀਂ ਕਰਦਾ ਫਿਰ ਕਹਿੰਦੇ ਸੇਵਕ ਦੋਸ਼ੀ ਹੈ। ਸਤਿਗੁਰੂ ਰਾਮ ਸਿੰਘ ਜੀ ਮਹਾਰਾਜ ਪੈਣੀ ਸਾਹਿਬ, ਇੱਕ ਕਹਿੰਦਾ ਜੀ ਉਹ ਨਾਮ ਲੈ ਗਿਆ ਮਹਾਂਪੁਰਸ਼ਾਂ ਤੋਂ, ਭਜਨ ਪੁੱਛ ਗਿਆ, ਜਪੇ ਹੈ ਨਾ, ਉਹਦੇ ਮਨ ਨੂੰ ਐਂ ਕਲਪਨਾ ਐਂ ਲੱਗਿਆ ਜਿਵੇਂ ਸਰਪ ਡੰਗ ਮਾਰਦਾ। ਕਹਿੰਦਾ ਮਹਾਰਾਜ ਮੇਰੇ ਸਰਪ ਵਾਂਗੂ ਐਂ ਲੱਗਦਾ। ਕਹਿੰਦੇ ਤੂੰ ਨਾਮ ਲੈ ਗਿਆ, ਉਹ ਹੁਣ ਮਸਾਣ ਵਾਂਗੂ ਤੇਰੇ ਲੱਗਦਾ ਕਿਉਂਕਿ ਤੂੰ ਜਪਦਾ ਨਹੀਂ। ਉਹ ਕਹਿੰਦਾ ਵੀ ਨਾਮ ਲਿਆ ਕਾਹਦੇ ਵਾਸਤੇ ਸੀ, ਤੈਂ ਭਜਨ ਪੁੱਛਿਆ ਕਾਹਦੇ ਵਾਸਤੇ ਸੀ? ਐਸੇ ਵੈਸੇ ਪੁਰਸ਼ ਕੋ ਦੇਨ ਸੰਤ ਉਪਦੇਸ਼। ਸੰਤ ਬਾਬਾ ਮਾਂ ਹਰਨਾਮ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਬਾਬਾ ਆਨੰਦ ਸਿੰਘ ਜੀ ਵਰਗੇ ਮਹਾਤਮਾ ਪੈਦਾ ਕਰ ਦਿੱਤੇ, ਰਿਸ਼ੀ ਮੁਨੀ ਪੈਦਾ ਕਰ ਦਿੱਤੇ। ਤੋ ਅੱਠਵੇਂ ਦਿਨ ਪੁੱਛਦੇ ਨੇ ਆਪਦੇ ਸੇਵਕਾਂ ਨੂੰ, ਪ੍ਰੇਮੀਓ ਕੀ ਇੱਛਾ ਭਾਈ ਤੁਹਾਡੀ? ਕੋਈ ਪਦਾਰਥਾਂ ਦੀ ਇੱਛਾ ਰੱਖਦਾ, ਕੋਈ ਮੁਕਤੀ ਚਾਹੁੰਦਾ ਹੈ, ਕੋਈ ਚਰਨਾਂ ਦਾ ਪ੍ਰੀਤਵਾਨ ਬਣਿਆ ਹੋਇਆ, ਮੈਨੂੰ ਚਰਨ ਪ੍ਰੀਤੀ ਬਖਸ਼ ਦਿਓ, ਕਬੀਰ ਚਰਨ ਕਮਲ ਕੀ ਮੌਜ ਕਹੋ ਕੈਸੇ ਅਨੁਮਾਨ, ਕਹਿਵੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ।